बिस्मिल्लाह रहमान रहीम, अस्सलाम वालेकुम माड़ियो भैनो ते माड़े भ्राओ, कुछ साड़ियाँ सुनो, कुछ अपनियाँ सुनाओ। बड़े अरसे बाद फिर दोबारा तुसें कि अपने गाँव ना फिर एक बारी विजिट कराई ओड़ा, गायब गए तुसें कि विजिट कराने रहने हैं ताकि तुसें कि भी पता चले कि साढ़े ग्रां विच हर महीने बाद केड़ी चेंजिंग अच्छी जानी है। चेंजिंग खास तौर पर इस तरीके तो नहीं अच्छी है, लेकिन यह है कि कणकां जिसकी गंदम आखिया जाना, उसने तुसें कि राई भी दसी सी, इसने बाद थोड़ियां बड़ियां आई फिर भी दसियां ही, तो हूँ फाइनली माड़े भ्राओ ते भैनो सिट्टा भी निकली है तक्की गिनो, तो माशाल्लाह ग्रीनरी ग्रीनरी हर तरफ, अक्खां की तक्की ते सुकून, दमागे की तक्की ते सुकून, समझो कि पूरी बाडी की एक बारी सारा जरा सीन तकने ने हरियाली, जिसलै दिल खुश हो जाना। मूँह शरीफ निका आया सुन, शरीफ माड़ा मूँह है, दो आना माड़ा दादा आया, ये आना है जरा शरीफ है, सुन मूँह है, इसने दादे न, मैं इसना दादा ना, क्या करने हो, मैं तेना दादा, इसना शरीफ क्या है, मैं शरीफ हूँ, तू शरीफ ना दादा है, मैं इसना दादा ना, मैं तू शरीफ ना, मैं दुआ शरीफ हूँ, मेंबर ना ना मेंबर शरीफ हूँ, ऐसा और क्या है शरीफ, राशिद साहब तुसा दी टीम ने पैसे जाने चाहिए, जितने नी वजह गए थी अपने कोले रखो, जितने नी वजह ऐसी है कि सारे जेड़े खिलाड़ी सन ऑफ साइड टीम है सन नारी सारे उधर सन, नारी कहन मतलब होया सन पता लग जसी असली गल पता नहीं क्या, राशिद साहब ने बॉलिंग सी ना इन्हें पेस बहुत ज्यादा सी, इस वजह तू जेड़ा है ना ਇਹਨਾਂ ਸਾਰੇ ਬੈਟਸਮੈਨ ਨੇ ਪਰੇਸ਼ਾਨ ਕਰੀ ਰੱਖਿਆ, ਚਲੋ ਨੈਕਸਟ ਮੈਚ ਦਾ ਵਾਸ ਨਾਲ ਫਿਰ ਚੈੱਕ ਨਾਲ ਗੇਮ ਕੜੀ ਕੇ ਬਾਲ ਫਾੜੀ ਹੋਣੀ ਨੇ ਤਾਂ ਫਾੜੀਆ ਉਹ ਬੈਟਿੰਗ ਵਾਲੀਆਂ ਫੜਨੀ, ਬਾਜੀ ਬਾਈ ਨੇ ਘੰਟੇ ਬਾਅਦ ਹੈ ਬਾਲ ਫੱਟੀ ਹੈ, ਰਾਸ਼ਿਦ ਸਾਹਿਬ ਬਿਰਿਆਨੀ ਤਿਆਰ ਕਰਵਾਈ ਰਹੇ ਫਿਰ ਸਟੂਡੈਂਟ ਵਾਸਤੇ, ਇਹ ਹੈ ਕਿਹੜੀ ਜਿਹੜਾ ਰਾਸ਼ੀ ਸਟੂਡੈਂਟ ਹੈ ਬਿਰਿਆਨੀ ਆਏ ਤੇ ਨਾ ਇਸ ਸਟੂਡੈਂਟ ਲਾਇਆ, ਇਸ ਸਭ ਵਜ੍ਹਾ ਤੋਂ ਸਟੂਡੈਂਟਸ ਬਿਰਿਆਨੀ ਹੈ, ਤਾਂ ਮਾਸ਼ਾਅੱਲਾ ਕਿੰਨੇ ਡੱਬੇ ਪੈਕ ਕਰਵਾ ਸੋ ਬਿਰਿਆਨੀ ਨੇ ਤਕਰੀਬਨ 22 ਤਾਰੀ ਹੋ ਜੀ, ਜਰਾ ਪਰਚਾਈ ਤੇ ਚੰਡੀ ਦੇ ਬਾਣੇ ਹੋਣੇ, ਉਹ ਕਿਸ ਤਰ੍ਹਾਂ ਬਾਣੇ ਹੋਣੇ, ਫੋਟੀ ਬਾਹਣ ਕੋਈ ਬਿਰਿਆਨੀ ਲੈਣ ਸਪੈਸ਼ਲ ਹੋਣਾ, ਚੰਡੀ ਦਾ ਅੱਪਰ ਸੈਟ ਆਈਆਂ ਇਹ ਬਾਹਰ ਨਾ ਨਿਕਲ, ਆਏ ਤੇਰੀ ਹੈਰ, ਮੈਂ ਕਮਾਲ ਕਰਿਓ ਪਤਾ ਨਹੀਂ ਚੱਲਿਆ ਬਾਈ ਕਿਸ ਤਰ੍ਹਾਂ ਨੇ, ਮੈਂ ਇੱਧਰ ਤੱਕ ਚਾਵਲ ਵੀ ਛੰਡਣੇ ਹੋਣੇ ਹੋ ਜਾਂ ਸਿਰਫ ਬੋਟੀ ਤਾਂ ਆਲੂ ਚਾਵਲ ਕਹਿਣੇ ਹੋ ਚਾਵਲ ਛੰਡਣੇ ਬਾਹਰੇ ਪੈ ਸਨ ਡੱਬੇ ਨਹੀਂ ਪੈਣਗੇ, ਆਣਾ ਸ਼ੇਰ ਲੱਗੇ ਆ ਸਹੀ ਸ਼ੇਰ ਆਉਣਾ ਜੀ, ਤਾਂ ਕਿਆ ਸਮਝਿਆ ਸੀ ਗਿੱਦੜ, ਹਾਂਜੀ ਰਾਸ਼ਿਦ ਸਾਹਿਬ ਜੀ, ਸਮੋਸੇ ਪਕੌੜੇ ਬਜਟ ਕਿਤਨਾ ਹੈ ਵੈਸੇ ਤੁਹਾਡੇ ਕੋਲ, ਬਜਟ ਕਾਫੀ ਹੈ, ਰੱਖੀ ਹੈ ਗੁਜ਼ਾਰਾ ਹੋ ਗਿਆ ਸੀ, ਬਜਟ ਨਹੀਂ ਦੱਸਣਾ, ਬਜਟ ਨਹੀਂ ਦੱਸਣਾ, ਤੇ ਬਾਹਰ ਆਹੋ ਪਾਈਓ ਰੰਗੇ, ਆਹੋ ਪਾਈਓ ਪਕੌੜੇ ਸਮੋਸੇ ਪਾਈਓ, ਜ਼ਿਆਦਾ ਬਿਜ਼ੀ ਹੈ, ਪਕੌੜੇ ਕੱਢੀ ਤਾਂ ਦੇਣਾ, ਕਿਤਨੇ ਪਕੌੜੇ ਤੇ ਕਿਤਨੇ ਸਮੋਸੇ, ਪਕੌੜੇ ਤਾਂ ਕੋਈ ਨਹੀਂ ਸਿਰਫ ਸਮੋਸੇ ਹੀ ਹੈ, ਬਾਕੀ ਹੋਰ ਚੀਜ਼ਾਂ ਹੈ, ਅੱਛਾ ਔਰ ਕੁਛ ਨੇ ਚੋਰ ਕਹਿ ਕੇ ਚੀਜ਼ ਹੋਸੀ, ਬਿਰਿਆਨੀ ਹੈ ਇਹ ਸਾਰਾ ਵੀ ਹੈ, ਹੁਣੇ ਦੱਸੀ ਔਰ ਸੋ ਸੀਕਰਟ ਅੱਗੇ ਜਾਂ ਕੋਈ ਜਾਣ ਦਿਓ ਨਾ ਤਾਂ ਕਿ ਮਾਹੌਲ ਬਣ ਸੀ, ਮਾਹੌਲ ਬਣ ਸੀ ਅੰਦਰ ਨਾ ਲੈ ਜਾਣਾ, ਅੱਛਾ ਇਹ ਅੱਛਾ 18 ਵਾਲਿਆਂ ਕੋਲ ਆਂਦਾ ਨੇ ਸਪੈਸ਼ਲ ਭਾਈ ਸਜਾਦ ਰਹਣੇ ਜਾਂ ਬੰਦੇ ਨਾਲ ਨਿਕਾਹ ਹੈ ਮੰਗਣੀ ਛੰਗਣੀ ਹੈ ਤੇ ਇੱਥੋਂ ਜਿਹੜਾ ਨਾ ਪੈਕੇਜ ਫਰੀ ਆ ਜੇ ਕੁਝ ਮਰਜ਼ੀ ਆ ਕਰੋ, ਠੀਕ ਹੈ ਜਿਸ ਨੇ ਮੰਗਣੀ ਅਸੀਂ ਤੁਸਾਂ ਬਸ ਸਮਝੋ ਨਿਕਾਹ ਹੀ ਆਏ, ਤੁਸਾਂ ਨੇ ਤਾਂ ਹੋਈ ਕੀ ਨਾ ਤੁਸਾਂ ਇਸ ਨੇ ਮਾਰੇ ਆਫਰ ਚ ਕੋਣੀ ਹੈ ਤੁਸਾਂ ਫਾਇਦਾ ਉਠਾਈ ਦੇ ਤੁਸਾਂ ਮਾਰਾ ਅਪਰਾਧ ਰਸਤਾ ਹੀ ਕਰੀ ਬਾਏ ਇਹਨਾਂ ਵਿੱਚ ਜਾਣੇ ਜੀ ਸੋਹਣੇ ਜਿਹੇ ਤਰੀਕੇ ਨਾਲ ਇਸ ਨੇ ਪਤਾ ਕਿੱਥੇ ਜਾ ਸਾਂ ਵੈਸੇ ਭਾਈ ਉਹਨਾਂ ਸਟੈਂਡਰਡ ਬੜਾ ਰੱਖਿਆ ਮਾਸ਼ਾਅੱਲਾ ਭਾਈ ਉਹਨਾਂ ਆਪਣਾ ਬੜਾ ਸਟੈਂਡਰਡ ਹੈ ਹੱਥ ਸਾਫ਼ ਕਰੀ ਤਾਂ ਦੁਆ ਕਹਿ ਹਨੇ ਉਹਨੇ ਉਸਕੀ ਪਰ ਲਾਉਸ ਚਾੜੀ 25 ਨਹੀਂ ਨਹੀਂ 18 ਸੈਂਟਰ ਮਾਸ਼ਾਅੱਲਾ ਜੀ ਜ਼ਬਰਦਸਤ ਮਾਰ ਕਹਿ ਸਜਾਦ ਨਾ ਸਾਨਾ ਜੀ ਸਣਾ ਹੁਣ ਆਸਤਾ ਆਸਤਾ ਯਾਦ ਹੋਈ ਅਸੀਂ ਇੱਛਿਆ ਕਰ ਸਣਾ ਰੋਜ਼ ਰੋਜ਼ ਉਹ ਮਨਸੋ ਜਿਹੜਾ ਖੜਿਆ ਤਾ ਨਾ ਬਰਥਡੇ ਮਾਰਿਆ ਜੇ ਜੀਆਂ ਕੋਣ ਇਸਤੇਮਾਲ ਕੀਤਾ ਲਾਈਕ ਇਹ ਇਹਨਾਂ ਨਹੀਂ ਹੋਏਗੀ ਨਾ ਨਾ ਕਿਆ ਕਰਨਾ ਇੱਕ ਨਿੱਕਾ ਵੀ ਆਇਆ ਰਾਸ਼ਿਦ ਸਾਹਿਬ ਹੋਰ ਕੁਝ ਵੀ ਬੁੰਗ ਕੁਝ ਨੇ ਇੱਥੇ ਤਾਂ ਕਿੰਨੀ ਜੁਲਮ ਆਉਣਾ ਬਜਟ ਦੱਸੋ ਨਾ ਰਾਸ਼ਿਦ ਸਾਹਿਬ ਬਜਟ ਦੱਸੀ ਓੜੋ ਬਜਟ ਗੋਜੀ ਪਿਆ ਨਾ ਨਹੀਂ ਤੂੰ ਜ਼ਾਹਿਰ ਤੁਸੀਂ ਬਣਾਈ ਤਾਂ ਆਏ ਹੋਣਾ ਆ ਤਾਂ ਕੋਈ ਇਹ ਕਿ ਹਿਸਾਬ ਕੋਣ ਲਾਇਆ ਨੇ ਬਿਰਿਆਨੀ ਬੋਤਲਾਂ ਤੇ ਸਮੋਸੇ ਤੇ ਪੇਸਟਰੀ ਤੇ ਗਲਾਸ ਤੇ ਫਰੂਟ ਤੇ ਟਿਸ਼ੂ ਖਾਣੇ ਵਾਸਤੇ
ਇਹ ਮੂੰਹ ਤੇ ਹੱਥ ਸਾਫ ਕਰਨੇ ਵਾਸਤੇ। ਭਾਈ ਜੀ ਤੁਸੀਂ ਹੈ ਕਿੱਥੇ ਦੇ ਹੋ? ਤੁਸੀਂ ਗਿਣਤੀ ਪਲਾਸੋ। ਮੈਂ ਤਾਂ ਇੱਕ ਪਕੌੜਾ ਫਾਲਤੂ ਭਾਈ ਉਹਨਾਂ ਸਮੋਸਾ ਹੈ ਭਾਈ ਜੀ ਉਹ ਪੈਕੇਜ ਹੋ ਸੀ ਯਾਰ ਸਾਹ। ਨਹੀਂ ਬੋਲਣੇ ਨਹੀਂ ਬੋਲਣੇ ਬੋਲ ਸਨ ਸੁਣ ਕੇ ਬਣਾਉਣ ਕਿਤੇ ਕਦਾ ਤਾਂ ਪਸੰਦ ਨਹੀਂ ਆਇਆ। ਨਾ ਨਾ ਵਾਣੇ ਭੁੱਲੀ ਨਾ ਜਾਵੇਂ ਆਪਰਾ ਆਏ ਤਿੱਬਤ ਆਏ ਪੁਰਾਣੇ ਜ਼ਮਾਨੇ ਨਹੀਂ ਉਹ ਪਾਰੋ ਡੱਬੀ ਡੱਬੀ ਚਾਹੇ ਆਏ ਬੜੇ ਅਰਸੇ ਬਾਅਦ ਤੱਕੀ ਤਾਂ ਮੈਂ ਇਸਨੀ ਕਿਆ ਪ੍ਰਾਈਜ਼ ਹੈ ਉਸੇ ਕੁਆਲਿਟੀ 'ਚ ਜੈਵੀ 'ਚ ਨਹੀਂ ਆ ਚਲੋ ਤੱਕੀ ਕਿੰਨੀ ਨਾ ਹੁਣ ਪੈਸੇ ਪੂਰੇ ਹੋਈਏ ਕੱਲ ਆਪ ਬੱਚੋਂ ਕੋਈ ਬਾਕੀ ਕੋਈ ਬਤਾਏਗੇ ਕਿ ਯੇ ਰਾਸ਼ਿਦ ਸਾਹਿਬ ਬਾਹਰ ਨਿਕਲੇ ਕਲਾਸ ਮੇ ਕੋਈ ਟੀਚਰ ਨਹੀਂ ਥਾ ਇਤਨੀ ਖਾਮੋਸ਼ੀ ਕੇ ਸਾਥ ਆਪਨੇ ਕਾਮ ਕੀਆ ਹੈ ਕਿ ਬਹੁਤ ਖੁਸ਼ੀ ਕੀ ਬਾਤ ਹੈ ਠੀਕ ਹੈ ਵੈਰੀ ਗੁੱਡ ਸਭ ਕੇ ਲੀਏ ਹੈ ਵੈਰੀ ਗੁੱਡ ਠੀਕ ਹੈ ਤੋ ਮੇਰਾ ਖਿਆਲ ਮੈਂ ਇਸ ਵਜ੍ਹਾ ਸੇ ਆਪਕਾ ਯੇ ਅੱਛਾ ਕਦਮ ਹੈ ਅੱਛੀ ਸੋਚ ਹੈ ਤੇ ਤਾਲੀ ਬਜਾ ਦੇ ਸ਼ਾਬਾਸ਼ ਅੱਛੀ ਬਾਤ